ਪਠਾਨਕੋਟ ਵਿੱਚ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਵੱਧ ਫੁੱਲ ਰਿਹਾ ਹੈ। ਸੈਰੀਕਲਚਰ ਵਿਭਾਗ ਦੀ ਮਦਦ ਨਾਲ ਇੱਥੋਂ ਦੇ ਕਿਸਾਨ ਸਾਲ ਭਰ ਵਿੱਚ ਰੇਸ਼ਮ ਪਾਲਣ ਦੀਆਂ 4 ਫਸਲਾਂ ਲੈਂਦੇ ਹਨ। ਕਿਵੇਂ ਇਹ ਕੀੜਾ ਰੇਸ਼ਮ ਤਿਆਰ ਕਰਦਾ ਹੈ, ਆਓ ਜਾਣਦੇ ਹਾਂ। ਅਸੀਂ ਕਹਿੰਦੇ ਜਾਂਦੇ ਹਾਂ ਵੀ ਅਸੀਂ ਹੋਰ ਵੀ ਆਪਣੇ ਗੁਆਂਢ ਮਹੱਲੇ ਆਪਣੀ ਸਾਰੀਆਂ ਜਨਾਨੀਆਂ ਕਹਾਂਗੇ ਵੀ ਸਾਰੇ ਇਹਦੇ ਨਾਲ ਜੁੜੋ, ਕੰਮ ਕਰੋ, ਅੱਛਾ ਕੰਮ ਹੈ, ਹੋਰ ਵੀ ਬੜੇ ਫਾਇਦੇ ਹੋ ਆ ਦੇਣੇ, ਅਤੇ ਤੁਸੀਂ ਵੀ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਕੰਮ ਕਰੋ। ਠੀਕ ਕੰਮ ਕਰਦੇ ਹਾਂ, ਸਭ ਤੋਂ ਵਧੀਆ ਟੂਟੀ ਬਣਦੀ ਹੈ, ਸ਼ੈਲ ਰੇਟ ਲੱਗਦਾ ਹੈ, ਪਰੋਂ ਸਾਡਾ 500 ਰੁਪਇਆ ਰੇਟ ਲੱਗਿਆ ਜੀ, ਠੀਕ ਢੰਗ ਕਰਨਾ ਅੱਗੇ ਪਾਲਣ ਪੋਸ਼ਣਾ ਕੀਤੀ ਅਤੇ ਸ਼ੈਲ ਰੇਟ ਲੱਗਿਆ। ਤੀਹ ਸਾਲਾਂ ਦਾ ਕੰਮ ਕਰਦੇ ਨੇ ਸਾਡੇ ਨਾਲ, ਸਾਰੇ ਸਹਿਮਤ ਨੇ ਅਤੇ ਅਸੀਂ ਸਾਨੂੰ ਪੂਰਾ ਇਹ ਸਹਿਮਤ ਪੂਰੀ ਦਿੰਦੇ ਨੇ ਸਾਡੇ ਨਾਲ, ਅਤੇ ਜਿਸ ਤਰ੍ਹਾਂ ਅਸੀਂ ਕਹੀ ਉਨਾ ਹੀ ਉਹ ਮੰਨਦੇ ਨੇ ਸਾਡੇ ਸਾਹਿਬ, ਅਤੇ ਸਾਨੂੰ ਜਦੋਂ ਘਰ ਅਸੀਂ ਆਏ ਨਾਲ ਹਾਜ਼ਰ ਹੁੰਦੇ ਹਾਂ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਸੈਰੀਕਲਚਰ ਮਹਿਕਮੇ ਦੇ ਵਿੱਚ ਜਿਹੜਾ ਆ ਰੇਸ਼ਮ ਬੀਜ ਦਾ ਜਿਹੜਾ ਕੰਮ ਹੈ, ਇਹ ਆਪਣਾ ਜਿਹੜੀ ਫਸਟ ਕਰਾਪ ਹੈ ਇਹ ਫਰਵਰੀ ਤੋਂ ਸ਼ੁਰੂ ਹੁੰਦੀ ਹੈ। ਫਰਵਰੀ ਮਾਰਚ ਦੇ ਵਿੱਚ ਜਿਹੜੀ ਸਪਰਿੰਗ ਕਰਾਪ ਚੱਲਦੀ ਹੈ ਸਾਡੀ, ਔਰ ਸਤੰਬਰ ਦੇ ਵਿੱਚ ਜਿਹੜੀ ਸਾਡੀ ਆਟਮ ਕਰਾਪ ਚੱਲਦੀ ਹੈ, ਔਰ ਇਹਦੇ ਤੋਂ ਇਲਾਵਾ ਜਿਹੜੀਆਂ ਸਾਡੀਆਂ 4 ਕਰਾਪਾਂ ਐਰੀ ਦੀਆਂ ਹੁੰਦੀਆਂ। ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ 4 ਕਰਾਪਾਂ ਐਰੀ ਸਿਲਕ ਦਾ ਵੀ ਕੰਮ ਕੀਤਾ ਜਾਂਦਾ ਹੈ। ਔਰ ਇਹ ਜਿਹੜੀ ਹੁਣ ਇਸ ਟਾਈਮ ਜਿਹੜੀ ਕਰਾਪ ਚੱਲਦੀ ਪਈ ਹੈ ਐਰੀ ਦੀ ਕਰਾਪ ਚੱਲਦੀ ਪਈ ਹੈ, ਇਹ 25 ਦਿਨ ਦੇ ਵਿੱਚ ਜਿਹੜਾ ਐਰੀ ਦਾ ਜਿਹੜੇ ਕੀੜੇ ਨੇ ਇਹ ਤਿਆਰ ਹੋ ਜਾਂਦੇ ਨੇ, ਔਰ ਇੱਕ ਕਿਸਾਨ ਜਿਹੜਾ ਆ ਉਹ ਘੱਟੋ ਘੱਟ ਵੀ ਤਾਂ 30 ਤੋਂ 35 40 ਕੇਜੀ ਦੇ ਵਿੱਚ ਵਿੱਚ ਜਿਹੜੀ ਟੂਟੀ ਬਣਾ ਲੈਂਦਾ, ਔਰ ਇਹਦਾ ਜਿਹੜਾ ਰੇਟ ਹੈ ਉਹ 300 ਤੋਂ 400 ਦੇ ਵਿਚਕਾਰ ਰੇਟ ਹੈ, ਅਤੇ ਇਹ ਜਿਹੜਾ ਆ ਇਹ ਕੰਮ ਸਿਰਫ ਜਿਹੜਾ 25 ਦਿਨ ਦਾ ਹੀ ਕੰਮ ਹੈ। ਜਿਹੜੇ ਮਲਬਰੀ ਦੇ ਸਾਡੇ ਕਿਸਾਨ ਨੇ, ਜਿਹੜੇ ਟੋਟਲ ਕਿਸਾਨ ਮਲਬਰੀ ਔਰ ਐਰੀ ਕਰਦੇ ਪਏ ਨੇ, ਉਹ ਕਿਸਾਨ ਸਾਡੇ ਜਿਹੜੇ 1200 ਦੇ ਕਰੀਬ ਜਿਹੜੇ ਪਰਿਵਾਰ ਹੈਗੇ ਨੇ, ਔਰ ਇਹ ਸਾਡਾ 4 ਜ਼ਿਲ੍ਹਿਆਂ ਦੇ ਵਿੱਚ ਕੰਮ ਚੱਲਦਾ ਪਿਆ। ਇਹ ਜ਼ਿਲ੍ਹਾ ਪਠਾਨਕੋਟ, ਰੋਪੜ, ਹੁਸ਼ਿਆਰਪੁਰ ਔਰ ਗੁਰਦਾਸਪੁਰ ਦੇ ਵਿੱਚ ਕੰਮ ਚੱਲਦਾ ਪਿਆ। ਸੈਰੀਕਲਚਰ ਵਿਭਾਗ ਵੱਲੋਂ ਜਿਹੜਾ ਆ ਜਿਹੜੇ ਗਰੀਬ ਕਿਸਾਨ ਨੇ ਜਿਨ੍ਹਾਂ ਕੋਲੋਂ ਰੇਸ਼ਮ ਦੇ ਕੀੜੇ ਪਾਲਣ ਵਾਸਤੇ ਕਮਰਾ ਵਗੈਰਾ ਸ਼ੈੱਡ ਵਗੈਰਾ ਨਹੀਂ ਹੈ, ਉਹ ਉਹਨਾਂ ਨੂੰ ਵਿਭਾਗ ਵੱਲੋਂ ਜਿਹੜਾ ਆ ਉਹ ਸ਼ੈੱਡ ਬਣਾਉਣ ਵਾਸਤੇ ਜਿਹੜਾ ਆ 1,20,000 ਰੁਪਇਆ ਜਿਹੜਾ ਆ ਉਹਨਾਂ ਨੂੰ ਦਿੱਤਾ ਜਾਂਦਾ ਆ, ਔਰ ਉਹਦੇ ਵਿੱਚ ਕੀੜੇ ਪਾਲਣ ਵਾਸਤੇ ਜਿੰਨਾ ਵੀ ਸਮਾਨ ਜਿਹੜਾ ਆ ਜਿਵੇਂ ਕਿ ਸਟੈਂਡ ਹੁੰਦੇ ਨੇ, ਟਰੇਵਾਂ ਹੁੰਦੀਆਂ ਨੇ ਅਤੇ ਦਵਾਈਆਂ ਹੁੰਦੀਆਂ ਨੇ ਅਤੇ ਸੀਟ ਤੱਕ ਜਿਹੜਾ ਆ ਉਹਨਾਂ ਨੂੰ ਸਾਰਾ ਜਿਹੜਾ ਫ੍ਰੀ ਦਿੱਤਾ ਜਾਂਦਾ ਹੈ। ਅਤੇ ਤੁਸੀਂ ਦੇਖਿਆ ਕਿਵੇਂ ਰੇਸ਼ਮ ਦੇ ਕੀੜੇ ਤੋਂ ਰੇਸ਼ਮ ਤਿਆਰ ਹੁੰਦਾ ਹੈ, ਅਤੇ ਇਸ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਇੱਥੋਂ ਦੇ ਕਿਸਾਨ ਮੋਟਾ ਮੁਨਾਫਾ ਕਮਾ ਸਕਦੇ ਹਨ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।